ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਉਹ ਬੰਦਾ ਨਹੀਂ ਜਿਹੜਾ ਕਹਾਂ ਕਿ ਮੈਨੂੰ ਸਭ ਕੁਝ ਪਤਾ, ਕਿ ਨਾ ਕਿਸੇ ਬੰਦੇ ਨੂੰ ਕੁਝ ਸਾਰਾ ਕੁਝ ਪਤਾ ਹੋ ਸਕਦਾ। ਸੋ ਜਿਹੜਾ ਬੰਦਾ ਇਹ ਐਕਸਪੈਕਟ ਕਰਦਾ ਕਿ ਮੈਨੂੰ ਸਭ ਕੁਝ ਪਤਾ ਵਾ, ਜੇ ਇਸ ਗੱਲ ਬਾਰੇ ਗੱਲ ਕਰਦਾ ਤੈਨੂੰ ਸਾਰਾ ਕੁਝ ਹੀ ਪਤਾ ਹੋਵੇ, ਜੇ ਟਰੱਕਿੰਗ ਦੀ ਗੱਲ ਕੀਤੀ ਉਹਨੂੰ ਟਰੱਕਾਂ ਦਾ ਸਾਰਾ ਕੁਝ ਪਤਾ ਹੋਵੇ, ਜੇ ਕਿਸੇ ਕਾਨੂੰਨ ਦੀ ਗੱਲ ਕੀਤੀ ਤੇ ਕਾਨੂੰਨ ਨਹੀਂ, ਐਵੇਂ ਨਹੀਂ ਹੁੰਦਾ ਤੇ ਨਾ ਮੈਨੂੰ ਐਵੇਂ ਪਤਾ। ਠੀਕ ਹੈ, ਤਾਂ ਮੈਂ ਇਹੀ ਕਹੂੰਗਾ ਕਿਸੇ ਨੂੰ ਨਹੀਂ ਪਤਾ, ਜਾਣੀ ਜਾਣ ਤੇ ਰੱਬ ਹੀ ਆ। ਠੀਕ ਹੈ, ਇੱਕ ਦੂਜੇ ਦੀਆਂ ਗਲਤੀਆਂ ਕੱਢਣ ਦੀ ਜਗ੍ਹਾ ਤੇ ਆਪਾਂ ਜੇ ਕੁਝ ਇੱਕ ਬੰਦੇ ਕੋਲੋਂ ਰਹਿ ਗਿਆ ਤੇ ਅੱਗੇ ਆਪਾਂ ਇੱਕ ਦੂਜੇ ਦਾ ਸਾਥ ਦਈਏ, ਇਨਫੋਰਮੇਸ਼ਨ ਦਈਏ, ਇੱਕ ਦੂਜੇ ਨੂੰ ਨਿੱਟ ਪਿੱਕ ਨਾ ਕਰੀਏ ਤੇ ਆਪਾਂ ਜਿੱਤਾਂਗੇ ਜ਼ਰੂਰ। ਜੰਗ ਜਾਰੀ ਰੱਖੋ, ਆਪਣੀ ਬਦਨਾਮੀ ਹੋਈ ਜਾ ਜਿਹੜੀ, ਇਹਨੂੰ ਕਰੋ ਸਾਫ਼। ਬਦਨਾਮ ਨਹੀਂ ਹੋਣੀ ਚਾਹੀਦੀ ਆਪਣੀ ਕੌਮ, ਆਪਾਂ ਬਦਨਾਮ ਨਹੀਂ ਹੋਣੇ ਚਾਹੀਦੇ ਕਿ ਪੰਜਾਬੀ ਪੈਸੇ ਮਾਰਦੇ। ਯਾਰ ਇਹ ਗੱਲ ਤੇ ਕਦੀ ਹੋਣੀ ਨਹੀਂ ਚਾਹੀਦੀ, ਜਿਨ੍ਹਾਂ ਦੇ ਪੈਸੇ ਮਰੇ ਆ ਪੈਸੇ ਲਓ, ਕਿਸੇ ਵੀ ਤਰ੍ਹਾਂ ਮਰੇ ਆ, ਕਿਸੇ ਦੇ ਪੈਸੇ ਰੱਖੇ ਆ ਬੰਦਿਆਂ ਨੇ, ਕਿਸੇ ਨੇ ਰੱਖ ਲਿਆ ਵੀ ਤੇਰਾ ਲੋਡ ਖਰਾਬ ਹੋ ਗਿਆ ਤਾਂ ਮਾਰ ਲਿਆ। ਇੰਪਲਾਈ ਦੇ ਪੈਸੇ ਨਹੀਂ ਮਾਰ ਸਕਦਾ, ਜੋ ਮਰਜ਼ੀ ਆ ਲੇਬਰ ਡਿਪਾਰਟਮੈਂਟ ਨੂੰ ਦੱਸੋ, ਫਾਰਮ ਆਉਂਦਾ ਫ੍ਰੀ ਦਾ ਜਾਂ ਇੱਕ ਹਿਸਾਬ ਨਾਲ ਭਰ ਦਿਓ, ਪੈਸੇ ਲਓ। ਤੇ ਬਾਕੀ ਇਹ ਨਾ ਐਕਸਪੈਕਟ ਕਰੋ ਵੀ ਕਿਸੇ ਕੋਈ ਬੰਦਾ 100% ਹੀ ਪਤਾ ਵਾ ਹਰੇਕ ਨੂੰ, ਤੇ ਕਈ ਵਾਰੀ ਐਵੇਂ ਦਾ ਇਨਫੋਰਮੇਸ਼ਨ ਪਤਾ ਹੁੰਦੀ ਦੱਸਦਾ, ਕਈ ਵਾਰੀ ਗਲਤ ਇਨਫੋਰਮੇਸ਼ਨ ਹੋ ਵੀ ਸਕਦੀ ਆ, ਬਟ ਮੋਸਟ ਆਫ ਟਾਈਮ ਮੇਰੀਆਂ ਗੱਲਾਂ ਜਿਹੜੀਆਂ ਆ 99% ਵੈਰੀਫਾਈਏਬਲ ਆ। ਪਰ ਤੁਸੀਂ ਵੀ ਵੈਰੀਫਾਈ ਕਰੋ, ਮੈਂ ਵੀ ਕਹੂੰਗਾ ਹਰੇਕ ਬੰਦੇ ਨੂੰ ਗੱਲ ਵਾ ਵੈਰੀਫਾਈ ਕਰੋ। ਇਹ ਨਹੀਂ ਵੀ ਗੂਗਲ ਤੇ ਜਾਂ ਫੇਸਬੁੱਕ ਤੇ ਵੈਰੀਫਾਈ ਕਰ ਲਈ, ਗੌਰਮੈਂਟ ਦੀ ਵੈਬਸਾਈਟ ਤੇ ਜਾ ਕੇ ਜਾਂ ਯੂਨੀਵਰਸਿਟੀ ਦੀਆਂ ਵੈਬਸਾਈਟਾਂ ਤੇ ਜਾ ਕੇ ਰਿਸਰਚ ਲੱਭੋ। ਐਵੇਂ ਨਹੀਂ ਵੀ ਉਹਦੀ ਫੇਸਬੁੱਕ ਤੇ ਵੇਖ ਕੇ ਤੇ ਕਹਿਤਾ ਆਹੀ ਸੱਚ ਆ, ਠੀਕ ਆ ਨਾ ਜੀ। ਤੇ ਕਿਸੇ ਵੀ ਬੰਦੇ ਨੂੰ ਸਭ ਕੁਝ ਨਹੀਂ ਪਤਾ ਹੋ ਸਕਦਾ। ਥੈਂਕ ਯੂ ਜੀ, ਹੋਪ ਕਿ ਤੁਹਾਨੂੰ ਇਹ ਗੱਲ ਚੰਗੀ ਲੱਗੀ ਆ, ਤੇ ਥੈਂਕ ਯੂ, ਵੀਡੀਓ ਸ਼ੇਅਰ ਕਰ ਦਿਓ। ਹੋਰ ਕੀ ਕਹਾਂ, ਹੋਰ ਤਾਂ ਕੁਝ ਨਹੀਂ, ਬਸ ਆਹੀ ਆ ਕਿ ਸਭ ਕੁਝ ਨਹੀਂ ਕਿਸੇ ਨੂੰ ਵੀ ਕੁਝ ਪਤਾ ਹੋ ਸਕਦਾ, ਤੇ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਨਾ, ਜਾਣਕਾਰੀ ਅਧੂਰੀ ਹੁੰਦੀ ਹਮੇਸ਼ਾ ਹੀ, ਕਿਸੇ ਕੋਲੋਂ ਪੂਰੀ ਨਹੀਂ ਹੋ ਸਕਦੀ। ਸਤਿ ਸ੍ਰੀ ਅਕਾਲ ਜੀ।